ਜਗ੍ਹਾ ਤਾਂ ਸਾਰੀ ਪੱਧਰੀ ਕਰ ਲਈ ਹੈ। ਹੈਂ ਹਾਂਜੀ। ਤੇ ਹੁਣ ਤੁਸੀਂ ਲੱਗੇ ਇਕੱਲੇ ਹੀ ਹੋਏ ਸੀ? ਬਸ ਮੁੰਡੇ ਲੈਣੇ ਆ ਕੰਮਾਂ ਤੇ। ਅੱਛਾ 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 ਅੱਛਾ। ਹਾਂ ਬਸ ਉਹ ਸਾਰਾ ਉਹਨਾਂ ਨੇ ਆਪਣਾ ਵੀ ਦੇਖਣਾ ਹੈ ਨਾ। ਤੇ ਇਹ ਜਿਹੜਾ ਆਪਣਾ ਉਹ ਬਰਾਮਦਾ ਬਣ ਰਿਹਾ ਇਹ ਆਹਾ ਇਹ ਇਹਦੇ ਉੱਪਰ ਹੁਣ ਛੱਤ ਰਹਿੰਦੀ ਹੈ ਪੈਣੇ ਵਾਲੀ? ਬਸ ਛੱਤ ਰਹਿੰਦੀ ਹੈ। ਹਾਂ ਸਹੀ ਆ ਸਹੀ ਆ। ਚਲੋ ਮਈਅਤ ਮਈਅਤ ਰੱਖਣ ਨੂੰ ਹੋ ਜਾਏਗਾ। ਹਾਂ ਚਲੋ ਠੀਕ ਆ। ਤੇ ਘਾਹ ਹੁਣ ਕਦੋਂ ਕੁ ਪ੍ਰੋਗਰਾਮ ਲਾਉਣ ਦਾ? ਪਰਸੋਂ ਇਨਸ਼ਾਅੱਲਾ ਜੀ। ਪਰਸੋਂ? ਹਾਂ ਜੀ ਪਰਸੋਂ। ਹਾਂ ਚਲੋ ਇਹ ਠੀਕ ਹੋ ਜਾਏਗਾ। ਹੈਂ ਈਦ ਤੱਕ ਇਨਸ਼ਾਅੱਲਾ ਇਹ ਬੜਾ ਜ਼ਬਰਦਸਤ ਹੋ ਜਾਏਗਾ ਘਾਹ, ਹੈ ਨਾ। ਨਾਲੇ ਖਵਾਤੀਨ ਦਾ ਪਾਰਕ ਹੋ ਜਾਏਗਾ, ਇਹ ਬਣ ਜਾਏਗਾ। ਆਹੋ ਇਹ ਬੜਾ ਮਸਲਾ ਸੀ ਔਰਤਾਂ ਨੂੰ, ਵਿਚਾਰੀਆਂ ਨੂੰ ਮਤਲਬ ਜ਼ਹਰਾ ਸੜਕਾਂ 'ਤੇ ਚੱਲਣਾ ਪੈਂਦਾ, ਮੁਸ਼ਕਲ ਹੁੰਦੀ ਆ, ਚਾਦਰਾਂ ਬੜੀਆਂ ਲੈ ਕੇ। ਇੱਥੇ ਇਹ ਆ ਕਿ ਪਰਦਾ, ਇੱਥੇ ਖਵਾਤੀਨ ਚੱਲ ਸਕਦੀਆਂ। ਮਤਲਬ ਉਦੋਂ ਸਖਤੀ ਨਾਲ ਕਰ ਦੇਵਾਂਗੇ ਨਾ ਕਿ ਸਿਰਫ ਇਹ ਖਵਾਤੀਨ ਲਈ ਆ, ਕੋਈ ਬੰਦਾ ਨਾ ਇੱਥੇ ਸੁਬਹ ਦੇ ਟਾਈਮ ਆਵੇ, ਠੀਕ ਨਹੀਂ? ਚਲੋ ਅੱਲਾ ਖੈਰ ਕਰੇ। ਅਤੇ ਇਹ ਘਾਹ ਲਈ ਕਿਸੇ ਭਾਈ ਨੇ ਕੋਈ ਸਪੋਂਸਰਸ਼ਿਪ ਦਿੱਤੀ ਆ? ਕਿਸੇ ਭਾਈ ਨੇ ਕੋਈ ਤਾਵਨ ਕੀਤਾ? ਬੀ ਆਇਆ ਹੋਇਆ ਜੀ ਬਾਹਰੋਂ। ਬੀ ਆਇਆ ਹੋਇਆ ਬਾਹਰੋਂ, ਠੀਕ ਆ। ਚਲੋ ਉਸ ਭਾਈ ਦਾ ਵੀ ਸ਼ੁਕਰੀਆ। ਠੀਕ ਆ ਜੀ।